ਵੀਰ ਤੁਹਾਨੂੰ ਦੱਸਣਾ ਪਿਆ ਕਿ ਤੁਹਾਡੇ ਇੱਕ ਨੂੰ ਰਹਿ ਆਪਣੀ ਕਮੈਂਟ ਦੇ ਵਿੱਚ ਤੁਸੀਂ ਦੱਸੋ ਕਿ ਤੁਹਾਨੂੰ ਸ਼ਾਦੀ ਸਾਡੇ ਭਾਈ ਦੀ ਕੈਸੀ ਲੱਗੀ। ਔਰ ਅਲਹਮਦੁਲਿਲਾ ਤੁਹਾਨੂੰ ਪਤਾ ਕਿ ਅਸਾਂ ਤਰਾਏ ਪਾਰਟ ਬਣਨ ਸ਼ਾਦੀ ਦੇ, ਤੋ ਤੁਸੀਂ ਦੇਖ ਵੀ ਕਿਦਾ ਸੀ ਤੇ ਅੱਜ ਇਹ ਵੀ ਕਮੈਂਟ ਦੇ ਵਿੱਚ ਲਾਜ਼ਮੀ ਦੱਸਣਾ ਕਿ ਤੁਹਾਡਾ ਵੀਰਾ ਕੈਸਾ ਲੱਗਦਾ ਪਿਆ, ਅੱਛਾ ਲੱਗਦਾ ਪਿਆ ਹੈ ਜਾਂ ਕੋਈ ਨਾ, ਕਿਉਂਕਿ ਅੱਜ ਬੜੀ ਮੁਕਤਾ ਬਹੁਤ ਤਕਰੀਬਨ ਮੈਂ ਨਾ ਹਾਏ ਇਹਦੀ ਸ਼ਾਦੀ ਵਾਸਤੇ ਮੈਂ ਇਤਨਾ ਐਕਸਾਈਟਡ ਹਾਂ ਤੋ ਕਿਆ ਦੱਸਾਂ ਮੈਂ, ਕਿਉਂਕਿ ਇਤਨਾ ਬੜਾ ਮੁਹੱਬਤ ਪਿਆਰ ਵਾਲਾ ਬੰਦਾ ਹੈ ਪਿਆ ਨਾ ਸ਼ਾਇਦ ਤੋ ਕਿਆ ਮੈਂ ਕਿਹੜੇ ਤੋਂ ਮੈਂ ਇਹਨੇ ਖੂਬ ਦੱਸਣਾ ਵਾਂ, ਅਗਰ ਤੁਸੀਂ ਸੁਣਦੇ ਤਾਂ ਖੁਦ ਵੀ ਆਖਸੋ ਵਾਕਿਆ ਗੱਲ ਹੈ ਬੰਦਾ ਜੀ ਉਸਨੂੰ ਬੜਾ ਮੁਹੱਬਤ ਵਾਲਾ ਪਿਆਰ ਵਾਲਾ ਔਰ ਦਿਲ ਤਾਂ ਮੁਖਲਿਸ ਬੰਦਾ ਹੈ ਪਏ ਵੀ ਬੜੀ ਯਕੀਨ ਕਰ ਗਏ ਨਾ ਇਸ ਬੰਦੇ ਸਮੇਂ ਲੋਕ ਸਿੱਖਦੇ ਹੋ ਅਸਾਂ ਔਰ ਅਲਹਮਦੁਲਿਲਾ ਅੱਲਾਹ ਪਾਕ ਦਾ ਕਰਮ ਹੈ ਤੁਹਾਡੇ ਭਰਾ ਵੀ ਉਹਨਾਂ ਨਾਲ ਹੈਲਪ ਕੀਤੀ ਔਰ ਅਲਹਮਦੁਲਿਲਾ ਜਿਹੜੀ ਇੱਕ ਗੱਲ ਮੈਂ ਤੁਹਾਡੇ ਕੋਲ ਵੱਡੀ ਲੁਕਾਈ ਵਧਾ ਨਾ ਉਹ ਸਿਰ ਤੋਂ ਤੁਹਾਨੂੰ ਜਿਹੜੀ ਦੱਸੀ ਹਾਂ ਪਹਿਲੇ ਵੀਡੀਓ ਦੇ ਵਿੱਚ ਵੀ ਚਾਰ ਪੰਜ ਮਹੀਨੇ ਬਾਅਦ ਅਸਾਂ ਅਲਹਮਦੁਲਿਲਾ ਤੁਹਾਨੂੰ 2 ਮਹੀਨੇ ਬਾਅਦ ਗੁੱਡ ਨਿਊਜ਼ ਦੇਵਣ ਵਾਲਾ ਗੁੱਡ ਨਿਊਜ਼ ਉਸ ਬਕਾਇਦਾ ਤੁਹਾਨੂੰ ਪਰੂਫ ਲਿਖੇ ਸਾਂ ਸਾਬਿਤ ਕਰਦੇ ਕਿ ਕਿਹੜੀ ਗੁੱਡ ਨਿਊਜ਼ ਕਿਹੜੀ ਨਹੀਂ ਇਹ ਤੁਸਾਂ ਇਨਸ਼ਾਅੱਲਾ ਅੱਜ ਦੀ ਉਹਨਾਂ ਕਿੱਥੇ ਐਂਡ ਤੁਸੀਂ ਮੀਨ ਕਿਸਾ ਜੁੜਿਆ ਚਲੇ ਗਏ ਸਕਾ ਸਾਡੇ ਚਲੇ ਗਏ ਸੱਚਾ ਲੱਗ ਜ਼ਰੂਰ ਸਬਸਕ੍ਰਾਈਬ ਕਰੋ ਸੋ ਤਬ ਇਨਸ਼ਾਅੱਲਾ ਨਵਰਨਾ ਤਬ ਤੱਕ ਅੱਲਾ ਹਾਫਿਜ਼ ਬਾਏ।